ਸਾਹਿਬ ਦੇ ਲੋਕਾਂ ਨੇ ਦੱਸਿਆ ਕਿ ਸਾਡੇ 20,000 40,000 ਰੁਪਇਆ ਬੈਜਾ ਜਿਹੜਾ ਦੋਨੋਂ ਹੀ ਜਾਂਦਾ ਇੱਥੋਂ ਲੋਕ ਟਾਈਮ ਪਾਸ ਕਰਦੇ ਨੇ। ਹਰ ਬੰਦਾ ਪੰਜਾਬ ਦਾ ਆਰਥਿਕ ਤੌਰ ਤੇ ਟੁੱਟ ਚੁੱਕਿਆ, ਇਹੋ ਜਿਹੇ ਹਾਲਾਤ ਪੈਦਾ ਕਰਤੇ, ਇਹੋ ਜਿਹਾ ਸਿਸਟਮ ਬਣਾ ਦਿੱਤਾ ਕਿ ਹਰ ਹਰ ਬੰਦਾ ਆਰਥਿਕ ਤੌਰ ਤੇ ਖਤਮ ਕਰ ਦਿੱਤਾ ਗਿਆ। ਹੁਣ ਮਾੜਾ ਮੋਟਾ ਲੋਕ ਵੀ ਘਰਾਂ ਦੇ ਵਿੱਚ ਕਿਵੇਂ ਨਾ ਕਿਵੇਂ ਆਪਣਾ ਟਾਈਮ ਪਾਸ ਕਰਦੇ ਆ ਬਿਜਲੀ ਦਾ, ਤੇ ਉਹ ਹਾਲਾਤ ਬਣ ਗਏ ਆ ਦੂਜੇ ਚੱਪੜ ਹੀਟਰ ਲਾ ਦਿੰਦੇ ਆ, ਜਿਵੇਂ ਮੋਬਾਇਲ ਹੈ ਚਾਰਜ ਕਰਾਉਂਗੇ ਸੱਜੂ ਘਰ ਹੀ ਖੜਾ, ਕਿੱਥੇ ਭੱਜੋਗੇ? ਇਹ ਹਾਲਾਤ ਹੌਲੀ 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 ਤੁਹਾਨੂੰ ਲੱਗਦਾ ਵੀ ਸੁਖਾਲੇ ਹੋਣੇ, ਤੁਹਾਡੀ ਜ਼ਿੰਦਗੀ ਜਮਾ ਦੁਭਰ ਹੋ ਜਾਂਦੀ ਹੈ, ਜਾ ਕਿੱਥੇ ਮਿਲੇਗਾ? ਅੱਜ ਨਾ ਜੀ ਉੱਥੇ ਇੱਕ ਮਾਹੌਲ ਬਣਿਆ ਹੋਇਆ, ਹਾਲਾਤ ਬਣੇ ਹੋਏ ਨੇ, ਲੋਕ ਇਕੱਠੇ ਹੋਏ ਨੇ, ਮੋਰਚਾ ਲੱਗਿਆ ਹੋਇਆ ਕਿ ਅੱਜ ਅਸੀਂ ਜਾ ਕੇ ਉੱਥੇ ਬੈਠ ਸਕਦੇ, ਆਪਣੇ ਲੋਕਾਂ ਦਾ ਸਾਥ ਦੇ ਸਕਦੇ, ਤੇ ਕੰਮ ਅਸੀਂ ਕਿਤੋਂ ਇਕੱਠੇ ਹੋ ਜਾਂਦੇ? ਫਿਰ ਵੀ ਬੰਦਾ ਇਕੱਠੇ ਹੋਣਾ, ਫਿਰ ਵੀ ਰੋਜ਼ ਰੋਜ਼ ਨੀ ਇਹ ਲੋਕ ਇਕੱਠੇ ਹੁੰਦੇ, ਰੋਜ਼ ਰੋਜ਼ ਨੀ ਨਹਿਰਾਂ ਬਣਦੀਆਂ, ਰੋਜ਼ ਰੋਜ਼ ਨੀ ਇਹਦੇ ਸ਼ਨਾਖਤ ਵੱਡੇ ਜਾਂਦੇ ਹੁੰਦੇ। ਇਹੀ ਹੁਕਮ ਦੇਣ ਲੋਕਾਂ ਚ ਆਏ ਆ ਕਿ ਸਾਨੂੰ ਦੇਖਦੇ ਆ ਕਿ ਆਉਣ ਵਾਲਾ ਭਵਿੱਖ ਪੰਜਾਬ ਦਾ ਕਿਹੋ ਜਿਹਾ ਹੋਣ ਜਾ ਰਿਹਾ, ਸਾਡੇ ਨਾਲ ਉਹਨਾਂ ਨੇ ਹੋਏ ਹਾਲਾਤ ਕੀ ਬਣ ਜਾ ਰਹੇ ਨੇ। ਬਸ ਸਾਡੇ ਕੰਮ ਦੇ ਜੋ ਹੈ ਸਖਤ ਜੀ ਆਰਾਮ ਨਾਲ ਇੱਥੇ ਅਸੀਂ ਬੈਠੇ ਹਾਂ, ਅੱਗੇ ਬੈਠੇ ਤਾਸ਼ ਵੀ ਕੁੱਟ ਲਾਂਗੇ ਉਹਨਾਂ ਦੇ ਬਹਿ ਕੇ, ਅਰੇ ਜਗੜ ਮਾਰ ਛੱਡਾਂਗੇ ਵਿਹਲੇ ਬਹਿ ਕੇ, ਜਾਂ ਘਰਾਂ ਚ ਵੜ ਕੇ ਬੈਠੇ ਰਹਾਂਗੇ, ਜਾਂ ਇੱਥੋਂ ਤੋਂ ਤਰੇ ਕਰਾਂਗੇ, ਪਰ ਦਿੱਲੀ ਜਦੋਂ ਜਾਣਾ ਹੈ ਉਦੋਂ ਵੀ ਸਾਡੇ ਹੱਥ ਖੜੇ ਤਾਂ ਅਸੀਂ ਉੱਥੇ ਹੀ ਕਰਾਂਗੇ। ਗਰਮੀ ਬਹੁਤ ਆ ਉੱਥੇ, ਵਧੀਆ ਪ੍ਰਬੰਧ ਨੇ ਉੱਥੇ ਲੋਕ, ਕੋਈ ਗਰਮੀ ਵਾਲੀ ਗੱਲ ਨਹੀਂ। ਜੇ ਅਸੀਂ ਸਿਆਲਾ ਪੈ ਜਾਂਦਾ ਠੰਡੀਆਂ ਰਾਤਾਂ ਉੱਥੇ ਘੱਟ ਲਈਆਂ, ਉਹਨਾਂ ਠੰਡੀਆਂ ਰਾਤਾਂ ਦੇ ਵਿੱਚ ਮੀਂਹ ਪੈਂਦੇ ਸੀ ਤਾਂ ਅਗਲਾ ਚਲਾਉਣ ਲੱਗ ਜਾਂਦੇ, ਅਸੀਂ ਉਹ ਆਪਾਂ ਸਮਾਂ ਉੱਥੇ ਘੱਟ ਲਿਆ, ਤੇ ਹੁਣ ਤਾਂ ਕੀ ਹੋ ਗਿਆ ਐਡੀ ਜਿਹੜੀ ਗਰਮੀ ਹੈ? ਜੇ ਗਰਮੀ ਕੱਟ ਵੀ ਲਵਾਂਗੇ ਮਹੀਨਾ ਦੋ ਮਹੀਨੇ ਚਾਰ ਮਹੀਨੇ, ਤਾਂ ਸਾਡੇ ਨਾਲ ਆਉਣ ਵਾਲੇ ਰਸਤੇ ਦਾ ਸਵਾਲ ਹੈ, ਉਹਦੀ ਖਤਮ ਕਰ ਰਹੇ ਹਾਂ। ਸੋ ਇਹ ਬੇਨਤੀ ਹੈ ਕਿ ਤੁਹਾਡੇ ਨਾਲ ਗੱਲ ਜੋ ਤੁਹਾਡੇ ਪਿੰਡਾਂ ਦੇ ਵਿੱਚ ਪਹੁੰਚੇ, ਪਰ ਸਾਡੇ ਲੋਕਾਂ ਨੇ ਮੈਂ ਦੇਖਦਾ ਕਿ ਸਾਨੂੰ ਉਹ ਗੱਲ ਹੈ ਕਿ ਸਾਡੇ ਪਾਣੀ ਹੁੰਦਾ ਜਿਹੜਾ ਸਿਰ ਤੋਂ ਲੰਘ ਚੁੱਕਿਆ, ਅਸੀਂ ਤਾਂ ਪਹਿਲਾਂ ਇਹ ਸਿੱਧੋ ਤੋਂ ਉੱਠਦੇ ਪਾਣੀ ਸਿਰ ਤੇ ਆ ਜਾਂਦਾ, ਪਰ ਹੁਣ ਤਾਂ ਸਿਰਾਂ ਤੋਂ ਹੀ ਵਗ ਗਿਆ ਪਾਣੀ, ਹਾਲੇ ਕਿਸੇ ਉੱਤੇ ਖੜੇ ਸਾਡੀ ਕਹਾਣੀ ਉੱਥੇ ਘੁੰਮੀ ਜਾਂਦੀ ਹੈ। ਸੋ ਭਰਾਵੋ, ਮੇਰੀਆਂ ਮਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਨੌਜਵਾਨ ਬੈਠੇ, ਅਸੀਂ ਪਿੱਛੇ ਜੇ ਹਫ਼ਤਾ ਹੋ ਗਿਆ ਇੱਕ ਨੌਜਵਾਨ ਦਾ ਜਿਹੜਾ ਲੈ ਕੇ ਗਿਆ ਮਾਤਾ ਦਾ ਇੱਕ ਵਧਿਆ, ਹੁਣ ਅਸੀਂ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਮਾਵਾਂ ਦਾ ਭੈਣਾਂ ਦਾ ਕਮਾਈਆਂ ਦਾ ਜਿਹੜਾ ਲੈ ਕੇ ਜਾਣਾ। ਸਾਡਾ ਜਿਹੜੇ ਤੌਰ ਦਾ ਮਕਸਦ ਸਿਰਫ ਇੱਕੋ ਜਿਹਾ ਵੀ ਇੱਕ ਲਹਿਰ ਪੰਜਾਬ ਦੇ ਵਿੱਚ ਦੁਬਾਰਾ ਸ਼ੁਰੂ ਹੋ ਗਈ, ਜਿਵੇਂ ਲੋਕ 26 ਤੋਂ ਪਹਿਲਾਂ ਜਾਂਦੇ ਸੀ ਕਾਫਲੇ ਲੈ ਕੇ ਜਾਂਦੇ ਸੀ ਲੋਕ, ਐਡਾ ਵੱਡਾ ਕੰਮ ਸੀ ਉਹਦੇ ਬੰਦੇ ਨੂੰ ਪਤਾ ਵੱਜਦਾ ਫਿਰਦਾ ਸੀ, ਅੱਜ ਉਹਨੇ ਉਹ ਮਾਹੌਲ ਦੁਬਾਰੇ ਬਣੇ। ਜੇ ਜਿੱਦਾਂ ਪ੍ਰਧਾਨ ਸਭਾ ਦਿੱਲੀ ਦੇ ਵਿੱਚ ਹੋਊਗਾ ਉਹਦੀ ਵੱਡੀ ਸਾਡੀ ਜਿੱਤ ਹੋਣੀ ਹੈ, ਉਹਦੀ ਛੇਤੀ ਸਰਕਾਰ ਨੇ ਗੱਲਬਾਤ ਲਈ ਰਾਜੀ ਹੋਣਾ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਹ ਤਾਂ ਹੋਰ ਦੱਸ ਦਿੰਦਾ, ਕਈ ਵਾਰੀ ਇਹ ਗੱਲਾਂ ਆਮ ਚੱਲਦੀਆਂ ਨੇ, ਨੌਜਵਾਨ ਬੈਠੇ ਕਦੇ ਵੀ ਜਦੋਂ ਜੰਗ ਦੇ ਮੈਦਾਨ ਚ ਹੋਈਦਾ ਨਾ ਤਾਂ ਜੰਗ ਦੇ ਮੈਦਾਨ ਦੇ ਵਿੱਚ ਕਮਾਂਡਰਾਂ ਨੂੰ ਨਹੀਂ ਦਿੱਤਾ ਜਾਂਦਾ, ਜੇ ਆਪਾਂ ਕਮਾਂਡਰਾਂ ਨੂੰ ਲੈਣਾ ਸ਼ੁਰੂ ਕਰ ਦਿਆਂਗੇ ਤਾਂ ਜੰਗਾਂ ਜਿੱਤੀਆਂ ਨਹੀਂ ਜਾਵੇਗਾ। ਜੰਗਾਂ ਯੁੱਧਾਂ ਦੇ ਵਿੱਚ ਮੈਦਾਨ ਦੇ ਵਿੱਚ ਹੁੰਦੇ ਆ, ਕਮਾਂਡਰ ਮਾੜੇ ਵੀ ਹੁੰਦੇ ਨੇ, ਕਮਾਂਡਰ ਚੰਗੇ ਵੀ ਹੁੰਦੇ ਨੇ, ਇਹਦਾ ਲੇਖਾ ਜੋਖਾ ਬਾਅਦ ਕੀਤਾ ਜਾਂਦਾ ਹੁੰਦਾ, ਕਿਸੇ ਵੀ ਲੜਾਈ ਦਾ ਕਿਸੇ ਵੀ ਸੰਘਰਸ਼ ਦਾ ਲੇਖਾ ਜੋਖਾ ਉਹ ਤੋਂ ਬਾਅਦ ਹੁੰਦਾ, ਕੋਈ ਜਿੱਤ ਹੁੰਦੀ ਹੈ ਜਾਂ ਹਾਰ ਹੁੰਦੀ ਹੈ, ਕੌਣ ਚੰਗਾ ਸੀ ਕੌਣ ਮਾੜਾ ਸੀ। ਜਦੋਂ ਚੱਲਦੀ ਲੜਾਈ ਦੇ ਵਿੱਚ ਚੱਲਦੇ ਅੰਦੋਲਨ ਦੇ ਵਿੱਚ ਅਸੀਂ ਆਪਣੇ ਆਗੂਆਂ ਨੂੰ ਆਪਣੇ ਕਮਾਂਡਰਾਂ ਨੂੰ ਮਿਲਣਾ ਸ਼ੁਰੂ ਕਰਾਂਗੇ, ਉਹ ਲੜਨਾ ਨਹੀਂ ਸਹੀ ਗੱਲ, ਕਮਾਂਡਰ ਚੰਗੇ ਹੋਣ ਮਾੜੇ ਹੋਣ ਇੱਕ ਵਾਰੀ ਦਬ ਘੁੱਟ ਕੇ ਲੜਾਈ ਨੂੰ ਸਿਰੇ ਲਾਓ, ਇਹਨੂੰ ਜਿੱਤ ਵੱਲ ਲੈ ਕੇ ਜਾਓ, ਇਸੇ ਗੱਲ ਤੱਕ ਨਹੀਂ ਵੇਖਦੀ ਆਉਣ ਵਾਲੀ ਭਵਿੱਖ ਦੀ। ਸੋ ਇਹੀ ਮੈਂ ਤੁਹਾਨੂੰ ਬੇਨਤੀ ਕਰਨ ਆਏ ਹਾਂ। ਸੋ ਮੈਂ ਮਾਵਾਂ ਮੇਰੀਆਂ ਭੈਣਾਂ ਨੂੰ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਜਗ੍ਹਾ ਦੇ ਵਿੱਚ ਲੋਕਾਂ ਦੇਵਾਂਗੇ ਰਾਏ, ਜਿੱਦੇ ਕਾਫਲਾ ਲੈ ਕੇ ਤੁਹਾਡੇ ਮਾਵਾਂ ਭੈਣਾਂ ਦਾ ਜਾਣਾ, ਮੈਂ ਕਿਹਾ ਉੱਥੇ ਰਹਾਂਗੇ, ਬਸ ਤੁਹਾਡੇ ਪਿੰਡ ਦੇ ਵਿੱਚ ਭੇਜਾਂਗੇ। ਸਾਡਾ ਇਰਾਦਾ ਵੀ ਅਸੀਂ 5-7 ਸਾਲ ਜਿਹੜੀ ਬੀਬੀ ਹੈ ਮਾਨੀਆਂ ਦੇ ਅੰਦਰ ਜਗ੍ਹਾ ਭੇਜੀਏ ਕਸਟਮਰ ਮਸਾਂ ਦਾ, ਤਾਂ ਕਿ ਉਹ ਗੱਲ ਜੇ ਮੀਡੀਆ ਜਾਂਦੀ ਹੈ ਫਿਰ ਮੀਡੀਆ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਰ ਦਿਓ ਕਿ ਹਾਂ ਲੋਕ ਤੁਰਨੇ ਸ਼ੁਰੂ ਹੋ ਗਏ, ਤਾਂ ਉਸ ਤਰ੍ਹਾਂ ਦਾ ਮਾਹੌਲ ਅਸੀਂ ਬਣਾਈਏ। ਜਿਵੇਂ ਪਹਿਲਾਂ ਨੌਜਵਾਨ ਬੈਠੇ ਹੈ ਸੋਸ਼ਲ ਮੀਡੀਆ ਦੇ ਉੱਤੇ ਹਰ ਤਰ੍ਹਾਂ ਦੀ ਗੱਲ ਅਸਾਮੀ ਨਾਲ ਸਮਾਪਤ ਹੁੰਦੀ ਸੀ, ਉਹ ਦੁਬਾਰਾ ਸੋਸ਼ਲ ਮੀਡੀਆ ਤੋਂ ਮਾਹੌਲ ਬਣਾਉਣ ਦੀ ਲੋੜ ਹੈ, ਉਹ ਨਰਾਸ਼ਤਾ ਨੂੰ ਦੂਰ ਕਰਨ ਦੀ ਲੋੜ ਹੈ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਲੜਾਈ ਨੂੰ ਸਿਰੇ ਲਾਂਗੇ, ਜਿੱਤੀਏ, ਕਿਉਂਕਿ ਮੈਂ ਫਿਰ ਕਹਿ ਦਿੰਦਾ ਕਿ ਲੜਾਈ ਸਾਡੀ ਆਪਣੀ ਹੈ, ਇਹ ਨਾ ਕਹਿੰਦੇ ਖਾਨ ਕਰਿਆ ਕਰੋ ਕਿ ਅਸੀਂ ਫਲਾਣੇ ਕਰਕੇ ਜਾਂਦੇ ਹਾਂ, ਇੱਧਰ ਖੇਡਾ
ਕੇ ਜਾਂਦੇ ਆ ਉਹ ਫਲਾਣਾ ਤਿਮਕਾ ਫਲਾਣੇ ਘਰੇ ਵਾਲਾ ਫਲਾਣੇ ਘਰੇ ਵਾਲਾ ਤੁਸੀਂ ਜਾਣਾ ਨਹੀਂ ਤੁਸੀਂ ਆਪਣੇ ਹੀ ਜਾ ਰਹੇ ਆ ਜ਼ਮੀਨਾਂ ਕਿਹਦੇ ਨਾਲ ਜਾਣਗੀਆਂ ਤੁਹਾਡੇ ਨਾਲ ਜਾਣਗੀਆਂ ਇਸ ਨਗਰ ਦੀ ਕਿੰਨੀ ਕੁ ਜ਼ਮੀਨ ਆ ਗਈ ਹੋਣੀ ਹੈ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com